प्रधानमंत्री शहरी आवास योजना के तहत लाभपात्रियों को भुगतान सर्टिफिकेट मुख्यमंत्री मान दे वल्लों दिते जाणगे। 25,000 लाभपात्रियों को सर्टिफिकेट दिते जाणगे। लुधियाणा की खेतीबाड़ी यूनिवर्सिटी के विच सूबा पदरी समागम कराया जाएगा। गौरतलब है कि सूबा पदरी समागम के विच मुख्यमंत्री भगवंत मान शिरकत करनगे। इत्थे शिरकत करन उपरंत 25,000 लाभपात्रियों को सर्टिफिकेट अज मुख्यमंत्री भगवंत मान को मिलेंगे। प्रधानमंत्री शहरी आवास योजना के तहत लाभपात्रियों को सर्टिफिकेट अज वंडे जाएंगे। प्रधानमंत्री शहरी आवास योजना तहत लाभपात्रियों को इसका बड़ा लाहा देखने को मिलता है। तो हुण यह लाहा 25,000 लोगों को जिते मिलन जा रहा उत्थे सर्टिफिकेट उन्होंने दिते जाएंगे। पंजाब के जो मुख्यमंत्री भगवंत मान ने वो सर्टिफिकेट देंगे। इस मुतलक जो समागम है वो खेतीबाड़ी यूनिवर्सिटी लुधियाना दे विच करवाया जा रहा, जिसको लैके सारिया तैयारियां मुकम्मल कर लिया गई। मुख्यमंत्री दे नाल इस मौके प्रशासनिक अधिकारी तो विधायक भी नजर आ सकते हैं। खबर से वधेरी जानकारी दे लई साडे पत्रकार परत शर्मा फोनलाइन से जुड़ गए हैं। जी परत, की कुछ जानकारी है खबर संबंधी? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ 2 ਦਿਨ ਤੋਂ ਲਗਾਤਾਰ ਜਿਹੜੇ ਆ ਉਹ ਲੁਧਿਆਣਾ ਵਿੱਚ ਹੀ ਨੇ ਤੇ ਅੱਜ ਵੀ ਜਿਹੜੇ ਉਹ ਲੁਧਿਆਣਾ ਵਿੱਚ ਨੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਿਹੜਾ ਤਕਰੀਬਨ 25,000 ਲਾਭਪਾਤਰੀਆਂ ਨੂੰ ਜਿਹੜਾ ਪੀਐਮ ਸ਼ਹਿਰੀ ਨਿਵਾਸ ਆਵਾਸ ਯੋਜਨਾ ਹੈ ਉਸ ਦਾ ਜਿਹੜਾ ਕਿਤਨਾ ਕਿਤੇ ਸਰਟੀਫਿਕੇਟ ਜਿਹੜਾ ਉਹਨਾਂ ਵੱਲੋਂ ਪੇਮੈਂਟ ਦਾ ਸਰਟੀਫਿਕੇਟ ਜਿਹੜਾ ਅੱਜ ਦਿੱਤਾ ਜਾਏਗਾ, ਜਿਸ ਤੇ ਜਿਹੜਾ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਹੋਣਗੇ ਤੇ 25,000 ਲਾਭਪਾਤਰੀਆਂ ਨੂੰ ਜਿਹੜਾ ਪੇਮੈਂਟ ਜਿਹੜਾ ਸਰਟੀਫਿਕੇਟ ਦਿੱਤਾ ਜਾਊਗਾ ਅੰਡਰ ਪੀਐਮ ਸ਼ਹਿਰੀ ਆਵਾਸ ਯੋਜਨਾ। ਤੇ ਤੁਹਾਨੂੰ ਦੱਸਦੇ ਕਿ ਹੋਰ ਜਿਹੜੇ ਲੁਧਿਆਣਾ ਦੇ ਵੱਖ ਵੱਖ ਹਲਕਿਆਂ ਦੇ ਵਿਧਾਇਕ ਜਿਹੜਾ ਉਹ ਵੀ ਨਾਲ ਮੌਜੂਦ ਰਹਿਣਗੇ ਤੇ ਜਿਹੜਾ ਸਾਰਾ ਪ੍ਰੋਗਰਾਮ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਨਮੋਹਨ ਸਿੰਘ ਆਡੀਟੋਰੀਅਮ ਤੇ ਜਿਹੜਾ ਤਕਰੀਬਨ 10:30 ਵਜੇ ਜਿਹੜਾ ਰੱਖਿਆ ਗਿਆ। ਤੇ ਤੁਹਾਨੂੰ ਦੱਸਦੇ ਕਿ ਪਿਛਲੇ 2 ਦਿਨ ਤੋਂ ਲਗਾਤਾਰ ਜਿਹੜੇ ਆ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਜਿਹੜੇ ਨੇ ਲੁਧਿਆਣਾ ਨੇ ਤੇ ਬੀਤੇ ਦਿਨ ਵੀ ਜਿਹੜਾ ਉਹਨਾਂ ਨੇ ਵੱਖ ਵੱਖ ਸਕੀਮਾਂ ਦਾ ਜਿਹੜਾ ਕਿਤੇ ਨਾ ਕਿਤੇ ਸ਼ੁਰੂਆਤ ਜਿਹੜੀ ਕੀਤੀ ਸੀ ਤੇ ਅੱਜ ਵੀ ਜਿਹੜਾ ਲੁਧਿਆਣਾ ਨੇ 10:30 ਵਜੇ ਜਿਹੜਾ ਵਾ ਸ਼ਹਿਰੀ ਜਿਹੜੇ ਪੀਐਮ ਆਵਾਸ ਯੋਜਨਾ ਹੈਗੀ ਤੇ ਤਕਰੀਬਨ 25,000 ਲਾਭਪਾਤਰੀਆਂ ਜਿਹੜਾ ਨਾਲ ਵੱਲੋਂ ਜਿਹੜਾ ਪੇਮੈਂਟ ਦੇ ਜਿਹੜੇ ਆ ਸਰਟੀਫਿਕੇਟ ਜਿਹੜੇ ਦਿੱਤੇ ਜਾਣੇ ਤਕਰੀਬਨ 10:30 ਵਜੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹਨਾਂ ਦੇ ਨਾਲ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ ਹੋਰ ਹਲਕੇ ਦੇ ਵਿਧਾਇਕ ਆ ਉਹ ਵੀ ਜਿਹੜੇ ਆ ਮੌਜੂਦ ਰਹਿਣਗੇ। ਤੁਹਾਨੂੰ ਦੱਸਦੇ ਕਿ ਸੁਰੱਖਿਆ ਨੂੰ ਲੈ ਕੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਨੂੰ ਤੇ ਕਿਤਨਾ ਕਿਤੇ ਹਰ ਇੱਕ ਵਿਅਕਤੀ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ। ਜੀ ਪਰ ਜੇਕਰ ਜ਼ਿਕਰ ਕਰੀਏ ਤਾਂ ਕੀ ਕੁਝ ਤਿਆਰੀਆਂ ਇਸ ਸਮਾਗਮ ਦੇ ਮੁਤਲਕ ਕਰਵਾਈਆਂ ਗਈਆਂ? ਆ ਬਿਲਕੁਲ, ਤੁਹਾਨੂੰ ਦੱਸਦੇ ਕਿ ਕਿਤੇ ਨਾ ਕਿਤੇ 25,000 ਜਿਹੜੇ ਬੈਨੀਫਿਸ਼ਰੀ ਹੈਗੇ ਉਹਨਾਂ ਨੂੰ ਜਿਹੜਾ ਵਾ ਪੇਮੈਂਟ ਸਰਟੀਫਿਕੇਟ ਜਿਹੜਾ ਦਿੱਤਾ ਜਾਣਾ ਤੇ ਕੁਛ ਲੋਕ ਜਿਹੜੇ ਜ਼ਰੂਰ ਕਿਤੇ ਕਿਤੇ ਲਾਭਪਾਤਰੀ ਹੋਣਗੇ ਮੌਕੇ ਤੇ ਮੌਜੂਦ ਹੋਣਗੇ, ਜਿੱਦਾਂ ਉਹਨਾਂ ਨੂੰ ਜਿਹੜਾ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਖੁਦ ਪੇਮੈਂਟ ਸਰਟੀਫਿਕੇਟ ਦੇਣਗੇ ਤੇ ਕਿਤੇ ਨਾ ਕਿਤੇ ਪੀਏਯੂ ਵੱਲੋਂ ਵੀ ਜਿਹੜੀਆਂ ਪੁਖਤਾ ਤਿਆਰੀਆਂ ਕੀਤੀਆਂ ਗਈਆਂ ਹੈਗੀਆਂ। ਕਿਉਂਕਿ ਪਿਛਲੇ 2 ਦਿਨ ਤੋਂ ਅੱਜ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਲੁਧਿਆਣਾ ਪਹੁੰਚੇ, ਪਿਛਲੇ 2 ਦਿਨ ਤੋਂ ਲਗਾਤਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਲੁਧਿਆਣਾ ਹੀ ਨੇ ਤੇ ਅੱਜ ਵੀ ਜਿਹੜਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਪੀਐਮ ਜਿਹੜੀ ਹੈ ਸ਼ਹਿਰੀ ਆਵਾਸ ਯੋਜਨਾ ਦੇ ਚਲਦੇ ਜਿਹੜਾ ਵੱਖ ਵੱਖ ਲਾਭਪਾਤਰੀਆਂ ਨੂੰ ਜਿਹੜਾ ਪੇਮੈਂਟ ਦਾ ਸਰਟੀਫਿਕੇਟ ਦਿੱਤਾ ਜਾਣਾ ਹੈਗਾ ਤੇ ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਵੀ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਹੈਗੇ। ਕਿਉਂਕਿ ਜੀ ਜੀ ਪਰ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ।